उसने कहा कि मैं हनेरे नु चैलेंज करदा और कुछ नहीं ते अपने आले दुआले तां मैं इस नु नहीं लागे लगण देंगा, अपने आले दुआले तां चानण कायम करांगा। जेड़ा इतिहास च लुकोया पिया है दस दे क्यों नहीं ओह पख किथे है, ओ लप दे क्यों नहीं ओह बंदे है मुड़के पुछदे ने जेड़े थोनू सच किथे है, लभदे क्यों नहीं ओह बंदे है मुड़के पुछदे ने जेड़े थोनू सच किथे है। ਜਿਸ ਮਨੁੱਖ ਦਾ ਕੰਮ ਹੈ ਪਾਰਟੀ ਡਾਕ ਕੇ ਨੰਗੇ ਤੜਾ ਮੈਚ ਕਰਨੀ ਤੇ ਕਰਨੀ ਪ੍ਰੇਰਣਾ ਦੇਣੀ, ਜਿਸ ਮਨੁੱਖ ਦਾ ਕੰਮ ਹੈ ਕਿ ਆ ਗਿਆ ਭਈ ਅਕਾਲ ਕੀ ਤਲੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮਾ ਗੁਰੂ ਮਾਨੇ ਗ੍ਰੰਥ। ਗੁਰੂ ਦੀ ਬੇਅਦਬੀ ਦੇ ਉੱਤੇ ਵੀ ਸਿਆਸਤਾਂ, ਹੋ ਮਰ ਕੇ ਜ਼ਮੀਰ ਦੇਖ ਪਾਉਂਦੇ ਨੇ ਬੁਝਾਰ ਤਾਂ, ਕਿਤੇ ਪਰ ਕਾੜੀ ਕਿਤੇ ਜਾਂਦੀ ਗੋਲੀ ਮਾਰੀ ਆ, ਠੰਡੇ ਬਸ ਤੇ ਜ ਕੇਸ ਪਾਉਂਦੇ ਸਰਕਾਰੀ ਆ, ਦਬੋ ਰਾਜ ਰਾਜੋ ਨਰਕਾਂ ਵੀ ਭੁੱਲ ਗਏ, ਤੇਰੀ ਰੱਬ ਦੀ ਚ ਲੱਗਣੀ ਉਹ ਲੱਤ ਕਿੱਥੇ ਆ, ਜਰਾਸੀ ਵਿੱਚ ਟਾਇਰ ਕਿਉਂ ਝੂਠੇ ਸੀ ਮੁਕਾਬਲੇ ਤੇ ਪਿੱਠਾਂ ਵਿੱਚ ਫੈਰ ਕਿਉਂ, ਮਾੜਿਆਂ ਦੇ ਮੰਦੇ ਤਕੜੇ ਦੇ ਧੰਦੇ ਆ, ਸਜ਼ਾ ਪੂਰੀ ਹੋਈ ਤਾਂ ਵੀ ਜੇਲਾਂ ਵਿੱਚ ਬੰਦੇ, ਹਿਊਮਨ ਰਾਈਟਸਾਂ ਦੀ ਗੱਲ ਕਰਦੇ ਉਹਨਾਂ ਦੇ ਹਿੱਸੇ ਦਾ ਇਹ ਹੱਕ ਕਿੱਥੇ ਆ, ਉਹ ਲੱਭਦੇ ਕਿਉਂ ਨਹੀਂ ਉਹ ਬੰਦੇ ਹੈ ਮੁੜਕੇ ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਆ, ਲੱਭਦੇ ਕਿਉਂ ਨਹੀਂ ਉਹ ਬੰਦੇ ਹੈ ਮੁੜਕੇ ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਆ। ਮਾਰੇ ਚਿੱਟੇ ਨੇ ਆ ਮੁੰਡੇ ਖਾਲੀ ਘਰਾਂ ਚ ਖੜਕਣ ਕੁੰਡੇ, ਕਿੱਥੋਂ ਆਉਂਦਾ ਤੇ ਕਿਵੇਂ ਵਿਕਦਾ ਮਸਲੇ ਸੋਲਵ ਕਿਉਂ ਨਹੀਂ ਹੁੰਦੇ, ਪੰਜ ਆਪ ਚ ਮੁੱਕਦਾ ਪਾਣੀ ਰੱਟ ਚੋਂ ਚ ਹੈ ਕਿਰਸਾਨੀ, ਪੈਸਟੀਸਾਈਡ ਸਰਾਂ ਤੇ ਕਰਦੇ ਕਰਕੇ ਆਪਣਿਆਂ ਨਾ ਬੇਈਮਾਨੀ, ਜਿੱਤੇ ਸਿੰਗਰਾਂ ਦੇ ਨਾਮ ਤੈਨੂੰ ਗੁਰੂ ਦੱਸ ਭੁੱਲੇ ਕਿਉਂ, ਪੰਜਾਬ ਦੇ ਡੀਐਨਏ ਨੂੰ ਵੀ ਪਾਈ ਜਾਨਾ ਝੁੱਲੇ ਕਿਉਂ, ਕੰਮੀ ਬੜੇ ਹੀਰੋ ਜੱਸੇ ਦਿੱਤਾ ਜੀਰੋ, ਨੱਕ ਤੇ ਨਾ ਲੜੋ ਇਤਿਹਾਸ ਪੜੋ ਵੀਰੋ, ਐਸੇ ਸੰਗਤ ਦੇ ਡੇਰੇ ਦੇ ਮੀਨਾਰ ਬਣਦੇ ਨਾਲ ਲੈ ਕੇ ਜਾਣੇ ਇਹ ਲੱਖ ਕਿੱਥੇ ਆ, ਉਹ ਲੱਭਦੇ ਕਿਉਂ ਨਹੀਂ ਉਹ ਬੰਦੇ ਹੈ ਮੁੜਕੇ ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਆ, ਲੱਭਦੇ ਕਿਉਂ ਨਹੀਂ ਉਹ ਬੰਦੇ ਹੈ ਮੁੜਕੇ ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਆ। ਸਾਡੀਆਂ ਹਿੱਕਾਂ ਤੇ ਹੁੰਦੇ ਰਹਿੰਦੇ ਘੱਲੂਕਾਰੇ, ਲਾਇਬ੍ਰੇਰੀਆਂ ਚੋਂ ਕੱਢ ਇਤਿਹਾਸ ਗਏ ਸਾੜੇ, ਲਵਾਰਸ ਸੀ ਲਾਸ਼ਾਂ ਕੀਤੀਆਂ ਪੈਮਾਸ਼ਾਂ, ਖਾਲੜਾ ਜੀ ਸੂਰੇ ਹੋਰ ਕੀ ਮੈਂ ਆਖਾਂ, ਉਹਨਾਂ ਦੀਆਂ ਫਾਈਲਾਂ ਨੂੰ ਵੀ ਗਿਆ ਰੋਲਿਆ, ਦੱਸ ਦੋ ਲੁਕੋਇਆ ਉਹ ਤੱਥ ਕਿੱਥੇ ਹੈ, ਉਹ ਲੱਭਦੇ ਕਿਉਂ ਨਹੀਂ ਉਹ ਬੰਦੇ ਹੈ ਮੁੜਕੇ ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਹੈ, ਲੱਭਦੇ ਕਿਉਂ ਨਹੀਂ ਉਹ ਬੰਦੇ ਹੈ ਮੁੜਕੇ ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਹੈ। ਜੇ ਸੱਚ ਕਹਿਣ ਦੀ ਜ਼ਰੂਰਤ ਕਰਨੀ ਹੈ ਤੇ ਫੇਰ ਰੰਬੀ ਕੋਲ ਰੱਖਿਆ ਕਰੋ, ਖੋਪਰੀ ਸਾਡੀ ਜ਼ਰੂਰ ਲੱਥੇਗੀ, ਉਹ ਵੀ ਗੱਲ ਕਰਨ ਦੀ ਨਹੀਂ। ਜੇ ਗੱਲ ਕਰਨ ਵਾਲੇ ਨੂੰ ਰੋਟੀ ਖਵਾਉਣੀ, ਪ੍ਰਸ਼ਾਦਾ ਛਕਾਉਣਾ, ਪਾਣੀ ਪਿਆਉਣਾ, ਕਾਹ ਲੱਥਣੀ ਹੈ।